अस्सलाम वालेकुम दोस्तों, की हाल चाल है। यह ट्राली अपने वाली, ये अज गन्ने दा हुण सीजन शुरू हो गया वा। यह चाचा गुलाम रसूल मशहूर है, जमाना चाचा गुलाम रसूल। इहनू कहा सी वी यार ट्रालियां नू ना खोल के टायर शायर चैक कर, ग्रीस ग्रूस कर इन्हां दी। टायर खोले आ, ते यह हिस्सा इहदा, यह बां शबां हिस्सा, यह देख रिम ते टायर। इस ट्राली नूं जिहड़े आ सीट कौम सीट दे टायर आ चौकड़ा, दूजी जिहड़ी आ उहनूं एम आर एफ दे आ, इहनूं सीट दे टायर। चाचा गुलाम रसूल आप तां है नहीं, मुंडा उहदा इत्थे, उह वी उदां कीता फोन आउंदा पिया। इह गार्ड कंपनी दी ग्रीस आ, इह 6 किलो ग्रीस लिआंदी आ, 2 बाल्टियां 3-3 किलो दीआं, 2880 रुपए दी आई आ कली ग्रीस। ग्रीस ਇਹ ਸੀਜ਼ਨ ਗੰਨੇ ਦਾ ਹੁੰਦਾ, ਅਸਲ 'ਚ ਕੰਮ ਗੰਨੇ ਦਾ ਹੁੰਦਾ, ਵਾਹਵਾ ਲੰਬਾ ਚੌੜਾ ਗੰਨਾ ਚਾਹੀਦਾ। ਮਾਛੀਕੋਟ ਇੱਥੋਂ ਸਾਡੇ ਤਕਰੀਬਨ 150 ਕਿਲੋਮੀਟਰ ਸਫ਼ਰ ਬਣ ਜਾਂਦਾ, ਫਿਰ ਬਹਾਵਲਪੁਰ ਉਹ ਵੀ 100-125 ਕਿਲੋਮੀਟਰ ਬਣ ਜਾਂਦਾ, ਇੱਧਰ ਮੁਜ਼ੱਫਰਗੜ੍ਹ ਵਾਲੀ ਸਾਈਡ 'ਤੇ ਹਮਜ਼ਾ 'ਤੇ। ਅਤੇ ਇਹ ਹੁਣ ਚਾਚਾ ਗੁਲਾਮ ਰਸੂਲਾ ਸਾਹਿਬਜ਼ਾਦਾ ਵਾ, ਇਹ ਡੀਜ਼ਲ ਲੈ ਕੇ ਦਿੱਤਾ, ਕੱਪ ਛੱਪ ਧੋਣ ਡਿਆ, ਇਹ ਕੱਪਾਂ ਦੀ ਸਫਾਈ ਹੋਣ ਡਈ ਹੈ। ਇਹਨਾਂ 'ਚ ਬਣ ਜਾਂਦਾ ਹੁੰਦਾ ਕਚਰਾ ਟਰਾਲੀਆਂ 'ਚ, ਨਾ ਸਫ਼ਰ ਕਰੀਦਾ ਹੁੰਦਾ ਬਹੁਤ ਜ਼ਿਆਦਾ, ਇਸ 'ਚ ਕਚਰਾ ਬਣ ਜਾਂਦਾ। ਇਹ ਹੁਣ ਕੱਪਾਂ ਦੀ ਸਫਾਈ ਕਰਨ ਡਿਆ, ਇਹ ਹਫ਼ਤੀ ਸਫਾਈ ਕੀਤੀ ਆ, ਇਹ ਜਿਹੜੀ ਆ ਇਹ ਗਰੀਸ ਵਿੱਚ ਭਰ ਕੇ ਖੜੀ ਕਰ ਦਿੱਤੀ ਆ, ਹੁਣ ਆਪ ਆਉਂਦਾ ਉਹ ਤਾਂ ਟਾਇਰ ਚੜਾਊਗਾ। ਇਹ ਵੈਰਿੰਗ ਅੰਦਰਲਾ, ਬਾਹਰਲਾ ਵੈਰਿੰਗ ਇਹਦਾ, ਇਹਦਾ ਬਾਹਰਲਾ ਵੈਰਿੰਗ 'ਤੇ ਚੱਕ ਨੈੱਟ ਪਏ ਆ, ਇਹ ਪਿਆ ਵੈਰਿੰਗ ਆ। ਇਹਦੀਆਂ ਕੋਈ ਗੋਲੀਆਂ ਟੁੱਟ ਗੋਲੀਆਂ 2-3 ਕੁ ਦਾਗੀ ਨਿਕਲੀਆਂ, ਇਹ ਸੂਰਤ ਹਾਲ ਆ। ਉਹ ਤਾਂ ਛੋਟੇ ਮੋਟੇ ਕੰਮ ਨੂੰ ਤਾਂ ਚੱਲ ਜਾਣਗੀਆਂ, ਲੇਕਿਨ ਕੰਮ ਹੈਗਾ ਜ਼ਿਆਦਾ। ਇਹ ਹੁਣ ਉਹਨੂੰ ਕੀਤਾ ਫੋਨ ਅਬਦਰਮਾਨ ਨੂੰ, ਲੈ ਕੇ ਆਉਂਦਾ ਗੋਲੀਆਂ ਉੱਥੋਂ। ਇਹ ਇਹਦਾ ਅੰਦਰਲਾ ਵੈਰਿੰਗ ਆ, ਇਹਦੀ ਹੱਬ ਦੀ ਸੂਰਤ ਹਾਲ ਆ। ਪਰਲੀ ਹੱਬ ਥੋੜ੍ਹੀ ਜਿਹੀ ਵੈਸੇ ਦਾਗੀ ਆ, ਲੇਕਿਨ ਉਹਨਾਂ ਮਸ਼ਵਰਾ ਕੀਤਾ, ਉਹਨੇ ਕਿਹਾ ਠੀਕ ਆ, ਕੋਈ ਐਸਾ ਇਸ਼ੂ ਨਹੀਂ, ਚੱਲ ਜਾਏਗੀ। ਇਹ ਟਰਾਲੀ ਦੀ ਓਵਰਆਲ ਸੂਰਤ ਹਾਲ ਆ, ਟਰਾਲੀਆਂ ਸਾਡੀ ਸਾਈਡ 'ਤੇ ਦੁਨੀਆ ਬਣਦੀਆਂ। ਇਹ ਅਬਦਰਮਾਨ ਵਾਲਾ ਗਾਜ਼ੀ, ਇਹ ਟਰਾਲੀ ਆ, ਹਿੱਚ ਹੁੱਚ ਇਹਨੂੰ ਪਿਛਲੇ ਸਾਲ ਹੀ ਲਵਾਈ ਸੀ, ਪਿਛਲੇ ਸਾਲ ਹੀ ਵੀ ਲਿਆਂਦਾ ਸੀਗਾ ਆ ਹਿੱਚ। ਆ ਇਹਨੂੰ ਜੰਗਲਾ ਸ਼ੰਗਲਾ ਸਾਲੇ ਵਾਲੀ ਸਾਈਡ 'ਤੇ ਇੱਦਾਂ ਦੇ ਜੰਗਲੇ ਲੱਗਦੇ ਆ, ਐੱਫ ਆਰ ਵਾਲਿਆਂ ਦਾ ਬਣਾਇਆ ਸੀ ਜੰਗਲਾ, ਇਹ ਜੰਗਲਾ ਵੀ ਪਿਛਲੇ ਸਾਲ ਇਹਨੂੰ ਲਾਇਆ। ਟਰੈਕਟਰ ਕੰਮ ਕਾਰ 'ਚ ਅਸਲ ਕਣਕਣ ਦੀ ਬਿਜਾਈ 'ਚ ਫਸੇ ਹੋਏ ਸੀਗੇ, ਇਹ ਅੱਜ ਇਹਨੂੰ ਗਰੀਸ ਗਰੂਸ ਕਰਾਉਂਦੇ ਹਾਂ, ਸੁਬਹਾ ਟਰਾਲੀ ਦੀ ਕਰਾਵਾਂਗੇ ਸਰਵਿਸ, ਟਰਾਲੀ ਟਰੈਕਟਰ ਦੀ ਨੂੰ ਵੈਰਿੰਗ ਸ਼ੈਰਿੰਗ ਕਰਾਉਣੀ ਆਉਣੀ, ਇੱਥੋਂ ਤਾਰਾਂ ਤੂਰਾਂ ਇਹਦੀ ਤਾਰ ਇੱਕ ਇੱਥੋਂ ਆਉਣੀ ਆ, ਇੱਦਾਂ ਇੱਥੇ ਪਿੱਛੇ ਆ ਉੱਥੇ ਲੱਗਣੀ ਗ੍ਰਿਪ 'ਚ ਟਰਾਲੇ, ਇਹਦੀ ਪਿਛਲੀ ਸਾਈਡ 'ਤੇ ਤਾਰਾਂ ਲੱਗੀਆਂ, ਬਲਬ ਲਾਈਟਾਂ ਲਾਈ ਦੀਆਂ ਵਾ, ਉਹ ਮਤਲਬ ਰਾਤ ਨੂੰ ਜਦੋਂ ਸਫ਼ਰ ਕਰਨਾ ਚਲਾਉਣੀਆਂ, ਉਹ ਐਚ ਲੱਗੀਆਂ, ਇਹ ਨਜ਼ਰ ਆ ਰਿਹਾ ਹੁਣ ਇਸ਼ਾਰੇ ਯਾਰ, ਇਹ ਵੀ ਤਾਂ ਉਹ ਵੀ ਇਹ ਜਿਹੜੀਆਂ ਨੇ, ਅੱਲਾ ਖੈਰ ਕਰੇ। ਇਹ ਇਨਸ਼ਾਅੱਲਾ ਤਾਲਾ ਅੱਜ ਇਹਨੂੰ ਕਰਦੇ ਹਾਂ ਫਿੱਟ, ਇਹਨੂੰ ਟਰਾਲੀ ਫਿੱਟ ਹੋ ਜਾਏਗੀ, ਸੁਬਹਾ ਜਿਹੜਾ ਇਨਸ਼ਾਅੱਲਾ ਤਾਲਾ ਜਿਹੜਾ ਫਿਰ ਇਹਨੂੰ ਸਰ ਇਹਦੀ ਵਾਇਰਿੰਗ ਸ਼ੇਅਰਿੰਗ ਕਰਾਵਾਂਗੇ। ਟਾਇਰ ਦਾ ਚੌਕੜਾ ਹੀ ਨਵਾਂ ਵਾ, ਪਰਲਾ ਵੀ ਇਹ ਟਾਇਰਾਂ ਦੀ ਕੰਡੀਸ਼ਨ ਹੈ ਇਹਨਾਂ ਦੀ, 4 ਹੀ ਨਵੇਂ ਟਾਇਰ ਆ ਇਹਦੇ। ਅਤੇ ਇੱਕ ਟਾਇਰ ਨੂੰ ਪਿਛਲੇ ਸਾਲ ਕੋਈ ਲੱਗ ਗਈ ਸੀ, ਕੋਈ ਸਰੀਆ ਸੁਰੀਆ ਲੱਗ ਗਿਆ ਸੀ, ਤਾਂ ਉਹ ਬਣਵਾਇਆ ਕਹਿ ਤਾ, ਉਹ ਲਾਤਾ ਸੀ ਨਵਾਂ, ਪਾ ਲਿਆ ਪਿਆ ਇਹ ਜਿਹੜਾ। ਇਹ ਜੀ ਮੁਹੰਮਦ ਹਮਜ਼ਾ, ਚਾਚਾ ਗੁਲਾਮ ਰਸੂਲਾ ਸਾਹਿਬਜ਼ਾਦਾ ਵਾ। 5 ਲੀਟਰ ਡੀਜ਼ਲ ਲਿਆ ਸੀ ਸਵੇਰੇ ਜਦੋਂ ਟਰਾਲੀ ਆਈ ਹੈ, ਕਹਿੰਦਾ ਸਾਰਾ ਹੀ ਲੱਗ ਗਿਆ, ਕਹਿੰਦਾ ਯਾਨੀ ਕਿ ਟਰਾਲੀ ਨੂੰ ਗਰੀਸ ਮਜ਼ਦੂਰੀ ਕਿੰਨੀ ਲੈਂਦੇ ਭਲਾ ਟਰਾਲੀ ਗਰੀਸ ਦੀ? ਅੱਛਾ ਮਜ਼ਦੂਰੀ 1000 ਰੁਪਈਆ ਤਾਂ ਹੋਣੀ ਮੇਰੇ ਖਿਆਲ, 1000 ਰੁਪਈਆ ਮਜ਼ਦੂਰੀ, 2800-2900 ਦੀ ਗਰੀਸ, 800 ਦਾ ਮਿੱਟੀ ਦਾ ਤੇਲ, ਇਹ ਰਲਾ ਮਿਲਾ ਕੇ ਤਕਰੀਬਨ ਕੋਈ ਬਾਣੀ ਜਾਣਾ ਰੁਪਈਆ 5000 ਦੇ ਨੇੜੇ ਜਾ ਪੈਣਾ ਕੰਮ ਟਰਾਲੀ ਨੂੰ ਗਰੀਸ ਕਰਾਉਣੀ ਆ। ਅਤੇ ਹਲੇ ਦਾ ਵੈਰਿੰਗ ਜਿਹੜਾ ਦਾਗੀ ਨਿਕਲਿਆ, ਉਹ ਵੈਰਿੰਗ ਲੈ ਕੇ ਆਉਂਦਾ, ਉਹ ਮੇਰੇ ਖਿਆਲ 4-5 ਹਜ਼ਾਰ ਦਾ ਵੈਰਿੰਗ ਹੋਣਾ ਹੁਣ। ਮਹਿੰਗਾਈ ਬਹੁਤ ਹੋ ਗਈ ਆ। ਠੀਕ ਹੈ ਦੋਸਤੋ, ਇਸ ਗੱਲ ਨਾਲ ਇਜਾਜ਼ਤ ਦਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਾਨ 'ਤੇ ਕਲਿੱਕ ਕਰੋ, ਅਤੇ ਮਜ਼ੀਦ ਅੱਛੀ ਅੱਛੀ ਵੀਡੀਓਜ਼ ਦੇਖਣ ਵਾਸਤੇ ਲਾਈਕ ਅਤੇ ਸ਼ੇਅਰ ਕਰੋ। ਜਜ਼ਾਕ ਅੱਲਾਹ।